ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਯਮ ਤੜਕਾ ਪੰਜਾਬੀ ਕੁਕਿੰਗ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਗਰਮੀਆਂ ਲਈ ਚਾਰ ਖਾਸ ਰਾਇਤੇ ਜਿਹੜੇ ਕਿ ਸਾਰਿਆਂ ਨੂੰ ਗਰਮੀਆਂ ਵਿੱਚ ਖਾਣਾ ਬਹੁਤ ਜ਼ਿਆਦਾ ਪਸੰਦ ਹੁੰਦੇ ਹਨ ਜਦੋਂ ਵੀ ਆਪਾਂ ਗਰਮੀ ਦੇ ਮੌਸਮ ਵਿੱਚ ਖਾਣਾ ਵਗੈਰਾ ਖਾਂਦੇ ਹਾਂ ਤਾਂ ਆਪਾਂ ਨੂੰ ਰਾਇਤਾ ਜ਼ਰੂਰ ਚਾਹੀਦਾ ਹੁੰਦਾ ਹੈ ਜੇਕਰ ਤੁਸੀਂ ਵੀ ਰੋਜ਼ ਰੋਜ਼ ਇੱਕੋ ਤਰ੍ਹਾਂ ਦਾ ਰਾਇਤਾ ਖਾ ਕੇ ਬੋਰ ਹੋ ਗਏ ਹੋ ਤਾਂ ਤੁਸੀਂ ਇਹ ਵਾਲੇ ਚਾਰ ਰਾਇਤੇ ਟਰਾਈ ਕਰ ਸਕਦੇ ਹੋ ਬਹੁਤ ਅੱਛੇ ਲੱਗਦੇ ਹਨ ਅਤੇ ਇਹ ਰਾਇਤੇ ਆਪਾਂ ਘਰ ਵਿੱਚ ਪਏ ਸਮਾਨ ਨਾਲ ਬਣਾ ਕੇ ਤਿਆਰ ਕਰਾਂਗੇ ਸਾਰੀਆਂ ਸਬਜ਼ੀਆਂ ਆਪਣੇ ਘਰ ਵਿੱਚ ਹਮੇਸ਼ਾ ਅਵੇਲੇਬਲ ਹੁੰਦੀਆਂ ਹਨ ਗਰਮੀ ਦੇ ਮੌਸਮ ਵਿੱਚ ਅਤੇ ਉਹਨਾਂ ਨਾਲ ਹੀ ਆਪਾਂ ਇਹ ਵਾਲੇ ਰਾਇਤੇ ਬਣਾ ਕੇ ਤਿਆਰ ਕਰਾਂਗੇ ਜੇ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਅਤੇ ਆਓ ਰਾਇਤੇ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਹਾਂ ਅਤੇ ਰਾਇਤਿਆਂ ਨੂੰ ਬਣਾਉਣ ਵਾਸਤੇ ਇੱਥੇ ਮੈਂ ਇੱਕਦਮ ਫਰੈਸ਼ ਦਹੀਂ ਲਿਆ ਹੈ ਦਹੀਂ ਆਪਣਾ ਬਹੁਤ ਹੀ ਵਧੀਆ ਥਿੱਕ ਜੰਮ ਕੇ ਤਿਆਰ ਹੋਇਆ ਹੈ ਅਤੇ ਦਹੀਂ ਨੂੰ ਆਪਾਂ ਇੱਕਦਮ ਸਮੂਥ ਕਰ ਲਵਾਂਗੇ ਇਸ ਤਰੀਕੇ ਨਾਲ ਆਪਾਂ ਮਦਨੀ ਨਾਲ ਇਹਨੂੰ ਰਿੜਕ ਲਵਾਂਗੇ ਕਿਉਂਕਿ ਰਾਇਤਾ ਆਪਾਂ ਕੋਈ ਵੀ ਬਣਾਉਣਾ ਹੋਵੇ ਉਹਦੇ ਵਾਸਤੇ ਆਪਾਂ ਦਹੀਂ ਨੂੰ ਇਸ ਤਰੀਕੇ ਨਾਲ ਇੱਕ ਵਾਰੀ ਸਮੂਥ ਤਾਂ ਪਲੇਨ ਬਿਲਕੁਲ ਕਰਨਾ ਹੁੰਦਾ ਹੈ ਦਹੀਂ ਹੁਣ ਮੈਂ ਚੰਗੀ ਤਰ੍ਹਾਂ ਸਮੂਥ ਕਰ ਲਿਆ ਹੈ ਇੱਕਦਮ ਆਪਣਾ ਪਲੇਨ ਦਹੀਂ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਸਾਡਾ ਗਾੜਾ ਦਹੀਂ ਇਹ ਬਣਿਆ ਹੋਇਆ ਹੈ ਸਭ ਤੋਂ ਪਹਿਲਾਂ ਬਣਾਵਾਂਗੇ ਆਪਾਂ ਬੂੰਦੀ ਵਾਲਾ ਰਾਇਤਾ ਯਾਨੀ ਕਿ ਪਕੌੜਿਆਂ ਵਾਲਾ ਰਾਇਤਾ ਇਹਦੇ ਵਾਸਤੇ ਮੈਂ ਇੱਕ ਵੱਡੇ ਬਾਊਲ ਦੇ ਵਿੱਚ 2 ਕੱਪ ਦਹੀਂ ਦੇ ਪਾਏ ਹਨ ਸਭ ਤੋਂ ਪਹਿਲਾਂ ਆਪਾਂ ਨਮਕ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਮੈਂ ਨਮਕ ਲਿਆ ਹੈ ਬਿਲਕੁਲ ਥੋੜ੍ਹਾ ਜਿਹਾ ਪਾਵਾਂਗੇ ਕਾਲੀ ਮਿਰਚ ਦਾ ਪਾਊਡਰ ਜੀਰੇ ਨੂੰ ਮੈਂ ਤਵੇ ਉੱਪਰ ਰੋਸਟ ਕੀਤਾ ਹੈ ਫਿਰ ਮੈਂ ਉਹਨੂੰ ਦਰਦਰਾ ਜਿਹਾ ਪੀਸ ਲਿਆ ਹੈ ਚਮਚੇ ਦਾ ਚੌਥਾ ਹਿੱਸਾ ਆਪਾਂ ਜੀਰੇ ਦਾ ਪਾਊਡਰ ਪਾ ਦੇਵਾਂਗੇ ਨਾਲ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਕੁੱਟਿਆ ਹੋਇਆ ਪੂਦਨਾ ਇੰਨਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਹਰੀ ਮਿਰਚ ਬਿਲਕੁਲ ਆਪਾਂ ਬਰੀਕ ਕੁੱਟ ਕੇ ਪਾਈ ਹੈ ਬਿਲਕੁਲ ਥੋੜ੍ਹੀ ਜਿਹੀ ਹਰੀ ਮਿਰਚ ਪਾਵਾਂਗੇ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਜਦੋਂ ਵੀ ਤੁਸੀਂ ਕੋਈ ਵੀ ਰਾਇਤਾ ਬਣਾਓ ਉਹਦੇ ਵਿੱਚ ਥੋੜ੍ਹਾ ਜਿਹਾ ਪੁਦੀਨਾ ਕੁੱਟ ਕੇ ਜ਼ਰੂਰ ਪਾਇਆ ਕਰੋ ਉਹਦੇ ਨਾਲ ਜਿਹੜਾ ਫਲੇਵਰ ਅਤੇ ਟੇਸਟ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਹੈ ਅਤੇ 2-3 ਚਮਚ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਕਿਉਂਕਿ ਆਪਾਂ ਬੂੰਦੀ ਵਾਲਾ ਰਾਇਤਾ ਬਣਾ ਰਹੇ ਹਾਂ ਉਹਦੇ ਵਾਸਤੇ ਆਪਾਂ ਨੂੰ ਪਾਣੀ ਚਾਹੀਦਾ ਹੁੰਦਾ ਹੈ ਕਿਉਂਕਿ ਬੂੰਦੀ ਜਿਹੜੀ ਹੈ ਦਹੀਂ ਵਿੱਚ ਪੈਂਦੇ ਥੋੜ੍ਹੀ ਫੁੱਲ ਵੀ ਜਾਂਦੀ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਹੀਂ ਵਾਲੀ ਬੂੰਦੀ ਯਾਨੀ ਕਿ ਪਕੌੜੀਆਂ 3 ਵੱਡੇ ਚਮਚ ਆਪਾਂ ਦਹੀਂ ਬੂੰਦੀ ਇਹਦੇ ਵਿੱਚ ਪਾ ਦਿੱਤੀ ਹੈ ਇੱਕ ਵੱਡਾ ਚਮਚ ਪਾਵਾਂਗੇ ਬਰੀਕ ਕੱਟ ਕੇ ਪਿਆਜ਼ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਠੰਡੇ ਪਾਣੀ ਨਾਲ ਵਾਸ਼ ਕੀਤਾ ਹੈ ਬਿਲਕੁਲ ਥੋੜ੍ਹਾ ਜਿਹਾ ਬਰੀਕ ਕੱਟਿਆ ਹੋਇਆ ਹਰਾ ਧਨੀਆ ਪਾ ਦੇਵਾਂਗੇ ਧਨੀਆ ਨੂੰ ਮੈਂ ਬਿਲਕੁਲ ਬਰੀਕ ਕੱਟ ਕੇ ਲਿਆ ਹੈ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਸਾਡਾ ਬੂੰਦੀ ਵਾਲਾ ਰਾਇਤਾ ਯਾਨੀ ਕਿ ਦਹੀਂ ਪਕੌੜੀਆਂ ਬਣ ਕੇ ਬਿਲਕੁਲ ਤਿਆਰ ਹਨ ਬਹੁਤ ਹੀ ਅੱਛਾ ਸਾਡਾ ਇਹ ਰਾਇਤਾ ਬਣ ਕੇ ਤਿਆਰ ਹੋਇਆ ਹੈ ਹੁਣ ਆਪਾਂ ਇਸ ਰਾਇਤੇ ਨੂੰ ਸਰਵਿੰਗ ਬਾਊਲ ਵਿੱਚ ਸਰਵ ਕਰਾਂਗੇ ਇਸ ਤਰੀਕੇ ਨਾਲ ਆਪਾਂ ਇਹਨੂੰ ਕੱਚ ਦੇ ਛੋਟੇ ਬਾਊਲ ਵਿੱਚ ਪਾ ਲਿਆ ਹੈ ਰਾਇਤੇ ਨੂੰ ਸਰਵ ਕਰਨ ਤੋਂ ਪਹਿਲਾਂ ਹਲਕਾ ਜਿਹਾ ਡੈਕੋਰੇਟ ਕਰਾਂਗੇ ਉੱਪਰ ਦੀ ਆਪਾਂ ਇਸ ਤਰੀਕੇ ਨਾਲ ਦਹੀਂ ਬੂੰਦੀ ਰੱਖ ਦੇਵਾਂਗੇ ਬਰੀਕ ਕੱਟਿਆ ਹੋਇਆ ਪਿਆਜ਼ ਅਤੇ ਹਰੇ ਧਨੀਏ ਨਾਲ ਉੱਪਰ ਦੀ ਗਾਰਨਿਸ਼ ਕਰਾਂਗੇ ਰੋਸਟ ਕੀਤਾ ਹੋਇਆ ਜੀਰਾ ਥੋੜ੍ਹਾ ਸਪ੍ਰਿੰਕਲ ਕਰਾਂਗੇ ਨਾਲ ਹੀ ਉੱਪਰ ਦੀ ਚਿਲੀ ਫਲੇਕਸ ਜਾਂ ਫਿਰ ਤੁਸੀਂ ਲਾਲ ਮਿਰਚ ਦਾ ਪਾਊਡਰ ਉੱਪਰ ਦੀ ਇਸ ਤਰੀਕੇ ਨਾਲ ਪਾ ਸਕਦੇ ਹੋ ਜਿਹੜਾ ਕਿ ਦੇਖਣ ਵਿੱਚ ਬਹੁਤ ਹੀ ਵਧੀਆ ਲੱਗਦਾ ਹੈ ਸਾਡਾ ਦਹੀਂ ਬੂੰਦੀ ਵਾਲਾ ਦਹੀਂ ਪਕੌੜੀਆਂ ਰਾਇਤਾ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਹੀ ਅੱਛਾ ਰਾਇਤਾ ਬਣਿਆ ਹੈ ਠੰਡਾ ਠੰਡਾ ਸਰਵ ਤੁਸੀਂ ਕਰੋਗੇ ਤਾਂ ਖਾਣ ਦਾ ਬਹੁਤ ਜ਼ਿਆਦਾ ਮਜ਼ਾ ਆਏਗਾ ਹੁਣ ਆਪਾਂ ਬਣਾਵਾਂਗੇ ਖੀਰੇ ਪਿਆਜ਼ ਟਮਾਟਰ ਵਾਲਾ ਮਿਕਸ ਰਾਇਤਾ ਇੱਕ ਬਾਊਲ ਵਿੱਚ ਆਪਾਂ 2 ਕੱਪ ਦਹੀਂ ਪਾਵਾਂਗੇ ਦਹੀਂ ਬਿਲਕੁਲ ਫਰੈਸ਼ ਹੈ ਦਹੀਂ ਨੂੰ ਆਪਾਂ ਜਿਹੜਾ ਹੈ ਸਮੂਥ ਕੀਤਾ ਹੋਇਆ ਹੈ ਹੁਣ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਨਮਕ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਪਾਵਾਂਗੇ ਧਨੀਆ ਪਾਊਡਰ ਬਿਲਕੁਲ ਥੋੜ੍ਹਾ ਜਿਹਾ ਪਾਵਾਂਗੇ ਕਾਲੀ ਮਿਰਚ ਦਾ ਪਾਊਡਰ ਚਮਚੇ ਦਾ ਚੌਥਾ ਹਿੱਸਾ ਪਾਵਾਂਗੇ ਰੋਸਟ ਕੀਤੇ ਹੋਏ ਜੀਰੇ ਦਾ ਪਾਊਡਰ ਅੱਧੀ ਕੁ ਹਰੀ ਮਿਰਚ ਨੂੰ ਮੈਂ ਕੁੱਟ ਕੇ ਲਿਆ ਹੈ ਚਮਚੇ ਦਾ ਚੌਥਾ ਹਿੱਸਾ ਪੁਦੀਨਾ ਕੁੱਟ ਕੇ ਆਪਾਂ ਪਾ ਦੇਵਾਂਗੇ ਇਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਰਾਇਤੇ ਦੇ ਵਿੱਚ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੇ ਤੁਹਾਨੂੰ ਦਹੀਂ ਥੋੜ੍ਹਾ ਗਾੜਾ ਲੱਗੇ ਤੁਸੀਂ ਇੱਥੇ ਪਾਣੀ ਜਾਂ ਫਿਰ ਦੁੱਧ ਪਾ ਸਕਦੇ ਹੋ ਪਰ ਮੈਨੂੰ ਇਹ ਵਾਲਾ ਰਾਇਤਾ ਗਾੜਾ ਹੀ ਪਸੰਦ ਹੈ ਹੁਣ ਇਹਦੇ ਵਿੱਚ ਪਾਵਾਂਗੇ ਬਰੀਕ ਕੱਟਿਆ ਹੋਇਆ ਖੀਰਾ 2 ਚਮਚ ਆਪਾਂ ਇੱਥੇ ਖੀਰਾ ਲਿਆ ਹੈ 1 ਚਮਚ ਲਵਾਂਗੇ ਬਰੀਕ ਕੱਟਿਆ ਹੋਇਆ ਪਿਆਜ਼ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਠੰਡੇ ਪਾਣੀ ਨਾਲ ਵਾਸ਼ ਕਰ ਲਿਆ ਹੈ 1 ਚਮਚ ਲਵਾਂਗੇ ਬਰੀਕ ਕੱਟਿਆ ਹੋਇਆ ਟਮਾਟਰ ਟਮਾਟਰ ਦੇ ਸਿਰਫ ਆਪਾਂ ਸਾਈਡ ਹੀ ਕੱਟੀਆਂ ਹਨ ਅੰਦਰ ਵਾਲਾ ਗੁੱਦਾ ਆਪਾਂ ਰਿਮੂਵ ਕਰ ਦਿੱਤਾ ਹੈ ਬਿਲਕੁਲ ਬਰੀਕ ਕੱਟ ਕੇ ਹਰਾ ਧਨੀਆ ਇਹਦੇ ਵਿੱਚ ਪਾ ਦੇਵਾਂਗੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਡਾ ਖੀਰੇ ਪਿਆਜ਼ ਟਮਾਟਰ ਦਾ ਰਾਇਤਾ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਜ਼ਿਆਦਾ ਟੇਸਟੀ ਰਾਇਤਾ ਬਣ ਕੇ ਤਿਆਰ ਹੋਇਆ ਹੈ ਤਸੀਰ ਇਸ ਰਾਇਤੇ ਦੀ ਬਹੁਤ ਜ਼ਿਆਦਾ ਠੰਡੀ ਹੁੰਦੀ ਹੈ ਹੁਣ ਇਸ ਰਾਇਤੇ ਨੂੰ ਆਪਾਂ ਇੱਕ ਸਰਵਿੰਗ ਬਾਊਲ ਵਿੱਚ ਸਰਵ ਕਰਾਂਗੇ
ਸਰਵ ਕਰਨ ਤੋਂ ਪਹਿਲਾਂ ਹਲਕਾ ਜਿਹਾ ਡੈਕੋਰੇਟ ਕਰਾਂਗੇ। ਬਰੀਕ ਕੱਟੇ ਹੋਏ ਖੀਰੇ ਇੱਦਾਂ ਰੱਖ ਦੇਵਾਂਗੇ, ਨਾਲ ਹੀ ਉੱਪਰ ਦੀ ਆਪਾਂ ਟਮਾਟਰ ਅਤੇ ਬਰੀਕ ਕੱਟੇ ਹੋਏ ਪਿਆਜ਼ ਵੀ ਲਗਾ ਦੇਵਾਂਗੇ। ਇਸ ਤਰੀਕੇ ਨਾਲ ਰਾਇਤਾ ਦੇਖਣ 'ਚ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ। ਨਾਲ ਹੀ ਉੱਪਰ ਦੀ ਆਪਾਂ ਬਰੀਕ ਕੱਟਿਆ ਹਰਾ ਧਨੀਆ ਵੀ ਪਾਵਾਂਗੇ। ਰੋਸਟ ਕੀਤਾ ਜੀਰਾ ਸਪ੍ਰਿੰਕਲ ਕਰਾਂਗੇ, ਤੁਸੀਂ ਜੀਰਾ ਹਰ ਰਾਇਤੇ ਵਿੱਚ ਜ਼ਰੂਰ ਪਾਇਆ ਕਰੋ। ਹੁਣ ਸਾਡਾ ਇਹ ਖੀਰੇ ਪਿਆਜ਼ ਟਮਾਟਰ ਦਾ ਰਾਇਤਾ ਬਣ ਕੇ ਬਿਲਕੁਲ ਤਿਆਰ ਹੈ। ਬਹੁਤ ਜ਼ਿਆਦਾ ਟੇਸਟੀ ਰਾਇਤਾ ਬਣ ਕੇ ਤਿਆਰ ਹੋਇਆ ਹੈ। ਠੰਡਾ ਠੰਡਾ ਰਾਇਤਾ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਏਗਾ, ਬੱਚੇ ਵੀ ਖੁਸ਼ ਹੋ ਕੇ ਖਾਣਗੇ। ਹੁਣ ਆਪਾਂ ਬਣਾਵਾਂਗੇ ਪੰਜਾਬੀਆਂ ਦਾ ਸਪੈਸ਼ਲ ਘੀਏ ਦਾ ਰਾਇਤਾ। ਇੱਥੇ ਮੈਂ ਛੋਟਾ ਜਿਹਾ ਘੀਆ ਲਿਆ ਹੈ, ਘੀਏ ਨੂੰ ਆਪਾਂ ਛਿੱਲ ਕੇ ਅਤੇ ਚੰਗੀ ਤਰ੍ਹਾਂ ਨਾਲ ਵਾਸ਼ ਕਰ ਲਵਾਂਗੇ। ਘੀਏ ਦਾ ਰਾਇਤਾ ਖਾਣਾ ਗਰਮੀਆਂ ਵਿੱਚ ਬਹੁਤ ਵਧੀਆ ਹੁੰਦਾ ਹੈ, ਇਹਦੀ ਤਸੀਰ ਠੰਡੀ ਹੁੰਦੀ ਹੈ, ਇਹ ਸਾਡੇ ਸਰੀਰ ਨੂੰ ਬਿਲਕੁਲ ਠੰਡਾ ਰੱਖਦਾ ਹੈ। ਬਹੁਤ ਹੀ ਅੱਛਾ ਹੈ ਗਰਮੀਆਂ ਵਿੱਚ ਘੀਏ ਦਾ ਰਾਇਤਾ ਖਾਣਾ। ਹੁਣ ਆਪਾਂ ਇਸ ਘੀਏ ਨੂੰ ਛਿੱਲਿਆ ਹੈ ਤਾਂ ਆਪਾਂ ਇਹਨੂੰ ਵਾਸ਼ ਕਰ ਲਵਾਂਗੇ। ਘੀਏ ਨੂੰ ਆਪਾਂ ਕੱਦੂਕਸ ਕਰ ਲਵਾਂਗੇ। ਇੱਥੇ ਮੈਂ ਮੋਟੇ ਛੇਕਾਂ ਵਾਲਾ ਕੱਦੂਕਸ ਲਿਆ ਹੈ ਅਤੇ ਆਪਾਂ ਘੀਏ ਦੀ ਸਾਈਡ ਜਿਹੜੀਆਂ ਬਸ ਉਹੀ ਕੱਦੂਕਸ ਕਰਾਂਗੇ, ਆਪਾਂ ਅੰਦਰ ਵਾਲਾ ਜਿਹੜਾ ਗੁੱਦਾ ਹੈ ਉਹਨੂੰ ਕੱਦੂਕਸ ਨਹੀਂ ਕਰਾਂਗੇ। ਘੀਏ ਨੂੰ ਹੁਣ ਮੈਂ ਇਸ ਤਰੀਕੇ ਨਾਲ ਕੱਦੂਕਸ ਕਰ ਲਿਆ ਹੈ ਤਾਂ ਆਪਣਾ ਗੁੱਦਾ ਜਿਹੜਾ ਹੈ ਇਹਦਾ ਹੁਣ ਸਾਈਡ 'ਤੇ ਰੱਖ ਦੇਵਾਂਗੇ ਅਤੇ ਕੱਦੂਕਸ ਨੂੰ ਆਪਾਂ ਇਸ ਤਰੀਕੇ ਨਾਲ ਸਾਫ਼ ਕਰ ਲਵਾਂਗੇ। ਹੁਣ ਇਸ ਕੱਦੂਕਸ ਕੀਤੇ ਹੋਏ ਘੀਏ ਨੂੰ ਆਪਾਂ ਬੋਇਲ ਕਰਨਾ ਹੈ, ਯਾਨੀ ਕਿ ਉਬਾਲਾ ਦੇਵਾਂਗੇ। ਇਹਨੂੰ ਆਪਾਂ ਇੱਕ ਪੈਨ ਵਿੱਚ ਇਸ ਤਰੀਕੇ ਨਾਲ ਪਾ ਦੇਵਾਂਗੇ। ਇਹਦੇ ਵਿੱਚ ਆਪਾਂ ਅੱਧਾ ਕੱਪ ਪਾਣੀ ਪਾਵਾਂਗੇ ਅਤੇ ਢੱਕਣ ਆਪਾਂ ਕਵਰ ਕਰਕੇ ਇਹਨੂੰ ਪਕਾ ਲਵਾਂਗੇ। ਹੁਣ ਮੈਂ ਘੀਏ ਵਾਲਾ ਪੈਨ ਜਿਹੜਾ ਹੈ ਗੈਸ ਉੱਪਰ ਰੱਖ ਦਿੱਤਾ ਹੈ ਅਤੇ ਫਲੇਮ ਨੂੰ ਆਪਾਂ ਬਿਲਕੁਲ ਲੋਅ ਰੱਖਾਂਗੇ ਅਤੇ ਲੋਅ ਫਲੇਮ 'ਤੇ ਆਪਾਂ ਸੌਫਟ ਹੋਣ ਤੱਕ ਪਕਾ ਲਵਾਂਗੇ। ਫਲੇਮ ਨੂੰ ਆਪਾਂ ਹਾਈ ਬਿਲਕੁਲ ਨਹੀਂ ਕਰਨਾ, ਨਹੀਂ ਤਾਂ ਸਾਡਾ ਘੀਆ ਬਹੁਤ ਜਲਦੀ ਜਲ ਜਾਏਗਾ। ਅਤੇ ਘੀਏ ਨੂੰ ਮੈਂ ਲੋਅ ਫਲੇਮ 'ਤੇ 10 ਮਿੰਟ ਪਕਾਇਆ ਹੈ, ਸਾਡਾ ਘੀਆ ਜਿਹੜਾ ਹੈ ਪੱਕ ਕੇ ਬਿਲਕੁਲ ਤਿਆਰ ਹੋ ਗਿਆ ਹੈ। ਇੱਕ ਵਾਰੀ ਆਪਾਂ ਇਹਨੂੰ ਚੈੱਕ ਕਰਾਂਗੇ, ਇਸ ਤਰ੍ਹਾਂ ਆਪਾਂ ਇਹਨੂੰ ਦਬਾ ਕੇ ਦੇਖਾਂਗੇ। ਤੁਸੀਂ ਦੇਖ ਸਕਦੇ ਹੋ ਸੌਫਟ ਹੋ ਗਿਆ ਹੈ, ਇਹਦਾ ਮਤਲਬ ਸਾਡਾ ਘੀਆ ਬਣ ਕੇ ਬਿਲਕੁਲ ਤਿਆਰ ਹੈ। ਹੁਣ ਆਪਾਂ ਇਹ ਉਬਾਲਿਆ ਹੋਇਆ ਘੀਆ ਇੱਕ ਪਲੇਟ ਵਿੱਚ ਪਾ ਦੇਵਾਂਗੇ ਅਤੇ ਇਹਨੂੰ ਠੰਡਾ ਕਰ ਲਵਾਂਗੇ। ਅਤੇ ਘੀਏ ਨੂੰ ਆਪਾਂ ਇੱਥੇ ਇਸ ਤਰ੍ਹਾਂ ਪਲੇਟ ਵਿੱਚ ਫੈਲਾ ਕੇ ਅਤੇ ਪੱਖੇ ਥੱਲੇ ਠੰਡਾ ਕਰ ਲਵਾਂਗੇ। ਤੁਸੀਂ ਇਹ ਰਾਇਤਾ ਲੌਕੀ ਨਾਲ ਵੀ ਬਣਾ ਸਕਦੇ ਹੋ, ਉਹਦੇ ਨਾਲ ਵੀ ਸੇਮ ਟੇਸਟ ਆਉਂਦਾ ਹੈ। ਹੁਣ ਇਸ ਘੀਏ ਨੂੰ ਮੈਂ ਪੱਖੇ ਥੱਲੇ ਰੱਖ ਕੇ ਬਿਲਕੁਲ ਠੰਡਾ ਕਰ ਲਿਆ ਹੈ, ਸਾਡਾ ਘੀਆ ਹੁਣ ਰਾਇਤੇ ਵਾਸਤੇ ਬਿਲਕੁਲ ਤਿਆਰ ਹੈ। ਹੁਣ ਇੱਥੇ ਮੈਂ ਬਾਊਲ ਦੇ ਵਿੱਚ 2 ਕੱਪ ਦਹੀਂ ਦੇ ਪਾਏ ਹਨ, ਬਿਲਕੁਲ ਫਰੈਸ਼ ਆਪਾਂ ਇੱਥੇ ਦਹੀਂ ਲਿਆ ਹੈ। ਹੁਣ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਨਮਕ ਪਾਵਾਂਗੇ, ਬਿਲਕੁਲ ਥੋੜ੍ਹਾ ਜਿਹਾ ਪਾਵਾਂਗੇ ਕਾਲੀ ਮਿਰਚ ਦਾ ਪਾਊਡਰ, ਚਮੇ ਦਾ 1/4 ਹਿੱਸਾ ਪਾਵਾਂਗੇ ਭੁੰਨਿਆ ਅਤੇ ਦਰਦਰਾ ਕੁੱਟਿਆ ਹੋਇਆ ਜੀਰਾ, 1/2 ਚਮਚ ਪੁਦੀਨਾ ਅਤੇ ਹਰੀ ਮਿਰਚ ਨੂੰ ਮੈਂ ਇਸ ਤਰੀਕੇ ਨਾਲ ਕੁੱਟ ਲਿਆ ਹੈ। ਹਰੀ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ, ਮੈਂ 1/2 ਹਰੀ ਮਿਰਚ ਇਹਦੇ ਵਿੱਚ ਕੁੱਟ ਕੇ ਪਾਈ ਹੈ। ਬੱਚਿਆਂ ਵਾਸਤੇ ਤੁਸੀਂ ਮਿਰਚ ਨੂੰ ਸਕਿੱਪ ਕਰ ਸਕਦੇ ਹੋ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਰੀਕ ਕੱਟਿਆ ਹੋਇਆ ਹਰਾ ਧਨੀਆ। ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਜਿਹੜਾ ਘੀਏ ਦਾ ਰਾਇਤਾ ਹੁੰਦਾ ਹੈ ਇਹਦੇ ਵਿੱਚ ਹਰੀ ਮਿਰਚ ਅਤੇ ਪੁਦੀਨੇ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ, ਇਹ ਤੁਸੀਂ ਜ਼ਰੂਰ ਪਾਇਆ ਕਰੋ। ਹੁਣ ਮੈਂ ਦਹੀਂ ਵਿੱਚ ਸਾਰੇ ਮਸਾਲੇ ਚੰਗੀ ਤਰ੍ਹਾਂ ਮਿਕਸ ਕਰ ਲਏ ਹਨ, ਇਹ ਆਪਾਂ ਗਾੜਾ ਹੀ ਰੱਖਾਂਗੇ। ਹੁਣ ਇਹਦੇ ਵਿੱਚ ਆਪਾਂ ਉਬਾਲ ਕੇ ਠੰਡਾ ਕੀਤਾ ਘੀਆ ਪਾਵਾਂਗੇ, 2 ਚਮਚ ਮੈਂ ਇੱਥੇ ਉਬਾਲੇ ਹੋਏ ਠੰਡੇ ਘੀਏ ਦੇ ਪਾਏ ਹਨ ਅਤੇ ਘੀਏ ਨੂੰ ਚੰਗੀ ਤਰ੍ਹਾਂ ਦਹੀਂ ਵਿੱਚ ਮਿਕਸ ਕਰ ਦੇਵਾਂਗੇ। ਹੁਣ ਸਾਡਾ ਘੀਏ ਦਾ ਠੰਡਾ ਠੰਡਾ ਰਾਇਤਾ ਬਣ ਕੇ ਬਿਲਕੁਲ ਤਿਆਰ ਹੈ, ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਰਾਇਤਾ ਬਣ ਕੇ ਤਿਆਰ ਹੋਇਆ ਹੈ ਅਤੇ ਇਸ ਰਾਇਤੇ ਨੂੰ ਆਪਾਂ ਸਰਵਿੰਗ ਬਾਊਲ ਵਿੱਚ ਪਾ ਦੇਵਾਂਗੇ। ਰਾਇਤੇ ਦੇ ਉੱਪਰ ਦੀ ਆਪਾਂ ਹਲਕਾ ਜਿਹਾ ਜੀਰਾ ਰੋਸਟ ਕੀਤਾ ਹੋਇਆ ਸਪ੍ਰਿੰਕਲ ਕਰ ਦੇਵਾਂਗੇ, ਹਲਕਾ ਜਿਹਾ ਬਰੀਕ ਕੱਟਿਆ ਹੋਇਆ ਹਰਾ ਧਨੀਆ ਪਾਵਾਂਗੇ। ਗਰਮੀਆਂ ਲਈ ਸਪੈਸ਼ਲ ਠੰਡੀ ਤਸੀਰ ਵਾਲਾ ਘੀਏ ਦਾ ਰਾਇਤਾ ਬਣ ਕੇ ਬਿਲਕੁਲ ਤਿਆਰ ਹੈ, ਬਹੁਤ ਹੀ ਟੇਸਟੀ ਰਾਇਤਾ ਬਣਿਆ ਹੈ। ਹੁਣ ਮੈਂ ਬਣਾਵਾਂਗੀ ਆਪਣੇ ਘਰ ਦਾ ਸਪੈਸ਼ਲ ਰਾਇਤਾ। ਅੱਜ ਬਣਾਵਾਂਗੇ ਆਪਾਂ ਗਾਜਰ ਦਾ ਰਾਇਤਾ। ਤੁਸੀਂ ਇਹ ਰਾਇਤਾ ਸ਼ਾਇਦ ਪਹਿਲਾਂ ਕਦੇ ਨਹੀਂ ਖਾਧਾ ਹੋਵੇਗਾ, ਇਹ ਰਾਇਤਾ ਬਹੁਤ ਜ਼ਰਾ ਟੇਸਟੀ ਬਣਦਾ ਹੈ। ਇਹਦੇ ਵਾਸਤੇ ਮੈਂ 2 ਗਾਜਰਾਂ ਲਈਆਂ ਹਨ ਅਤੇ ਗਾਜਰਾਂ ਨੂੰ ਮੈਂ ਛਿੱਲ ਕੇ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ। ਗਰਮੀ ਦਾ ਮੌਸਮ ਹੈ ਇਸ ਕਰਕੇ ਔਰੰਜ ਗਾਜਰਾਂ ਅੱਜ ਕੱਲ੍ਹ ਮਿਲ ਰਹੀਆਂ ਹਨ ਅਤੇ ਸਰਦੀ ਦੇ ਮੌਸਮ 'ਚ ਤੁਸੀਂ ਦੂਸਰੇ ਰੈੱਡ ਗਾਜਰਾਂ ਨਾਲ ਵੀ ਇਹ ਰਾਇਤਾ ਬਹੁਤ ਟੇਸਟੀ ਬਣਾ ਸਕਦੇ ਹੋ। ਗਾਜਰਾਂ ਨੂੰ ਆਪਾਂ ਹੁਣ ਕੱਦੂਕਸ ਕਰ ਲਿਆ ਹੈ ਅਤੇ ਇਹਨਾਂ ਨੂੰ ਆਪਾਂ ਬੋਇਲ ਕਰਾਂਗੇ। ਕੱਦੂਕਸ ਕੀਤੀਆਂ ਗਾਜਰਾਂ ਮੈਂ ਇੱਥੇ ਇੱਕ ਪੈਨ ਵਿੱਚ ਪਾ ਦਿੱਤੀਆਂ ਹਨ। ਇਹਦੇ ਵਿੱਚ ਆਪਾਂ 1/2 ਕੱਪ ਪਾਣੀ ਦਾ ਪਾਵਾਂਗੇ ਅਤੇ ਢੱਕਣ ਦੇ ਕੇ ਆਪਾਂ ਇਹਨਾਂ ਗਾਜਰਾਂ ਨੂੰ ਵੀ ਬੋਇਲ ਕਰ ਲਵਾਂਗੇ। ਗੈਸ ਦੀ ਫਲੇਮ ਹੈ ਇੱਥੇ ਬਿਲਕੁਲ ਲੋਅ ਰੱਖੀ ਹੋਈ ਹੈ ਅਤੇ ਲੋਅ ਫਲੇਮ 'ਤੇ ਆਪਾਂ ਇਹ ਗਾਜਰਾਂ ਨੂੰ ਬੋਇਲ ਕਰਨਾ ਹੈ ਜਦੋਂ ਤੱਕ ਕਿ ਸੌਫਟ ਨਹੀਂ ਹੋ ਜਾਂਦੀਆਂ। ਗਾਜਰਾਂ 8 ਤੋਂ 10 ਮਿੰਟ ਤੱਕ ਪੱਕ ਗਈਆਂ ਹਨ, ਲੋਅ ਫਲੇਮ 'ਤੇ ਆਪਾਂ ਇਹਨਾਂ ਨੂੰ ਪਕਾਇਆ ਹੈ। ਹੁਣ ਆਪਾਂ ਚੈੱਕ ਕਰਦੇ ਹਾਂ ਕਿ ਗਾਜਰਾਂ ਆਪਣੇ ਕਿਸ ਤਰ੍ਹਾਂ ਦੀਆਂ ਹੋਈਆਂ ਹਨ। ਤੁਸੀਂ ਦੇਖ ਸਕਦੇ ਹੋ ਗਾਜਰਾਂ ਸਾਡੇ ਸੌਫਟ ਹੋ ਗਈਆਂ ਹਨ, ਆਪਾਂ ਨੂੰ ਇਸੇ ਤਰ੍ਹਾਂ ਦੀਆਂ ਹੀ ਚਾਹੀਦੀਆਂ ਹਨ।
ਹੁਣੇ ਬੋਇਲ ਕੀਤੀਆਂ ਗਾਜਰਾਂ ਆਪਾਂ ਇੱਕ ਪਲੇਟ ਵਿੱਚ ਇਸ ਤਰੀਕੇ ਨਾਲ ਪਾ ਦੇਵਾਂਗੇ ਤੇ ਇਹਨਾਂ ਨੂੰ ਠੰਡਾ ਕਰ ਲਵਾਂਗੇ। ਉਬਾਲੀਆਂ ਹੋਈਆਂ ਗਾਜਰਾਂ ਨੂੰ ਆਪਾਂ ਚੰਗੀ ਤਰ੍ਹਾਂ ਪਲੇਟ ਵਿੱਚ ਇਸ ਤਰੀਕੇ ਨਾਲ ਫੈਲਾ ਦੇਵਾਂਗੇ ਤੇ ਪੱਖੇ ਥੱਲੇ ਰੱਖ ਕੇ ਠੰਡਾ ਕਰ ਲਵਾਂਗੇ। ਹੁਣ ਬਾਊਲ ਦੇ ਵਿੱਚ ਮੈਂ 2 ਕੱਪ ਤਾਜ਼ੇ ਦਹੀਂ ਦੇ ਲਏ ਹਨ ਤੇ ਦਹੀਂ ਨੂੰ ਆਪਾਂ ਚੰਗੀ ਤਰ੍ਹਾਂ ਸਮੂਥ ਕਰਾਂਗੇ। ਇਹ ਦਹੀਂ ਹਲੇ ਮੈਂ ਫੈਂਟਿਆ ਨਹੀਂ ਸੀਗਾ ਤਾਂ ਆਪਾਂ ਨੂੰ ਬਿਲਕੁਲ ਜਿਹੜਾ ਹੈ ਪਲੇਨ ਕਰ ਲਵਾਂਗੇ। ਦਹੀਂ ਨੂੰ ਫੈਂਟ ਕੇ ਮੈਂ ਬਿਲਕੁਲ ਪਲੇਨ ਕਰ ਲਿਆ ਹੈ। ਰਾਇਤੇ ਵਾਸਤੇ ਦਹੀਂ ਆਪਾਂ ਨੂੰ ਇਸੇ ਤਰ੍ਹਾਂ ਦਾ ਹੀ ਚਾਹੀਦਾ ਹੁੰਦਾ ਹੈ। ਸਵਾਦ ਅਨੁਸਾਰ ਇਹਦੇ ਵਿੱਚ ਨਮਕ ਪਾਵਾਂਗੇ, ਬਿਲਕੁਲ ਥੋੜ੍ਹਾ ਜਿਹਾ ਕਾਲੀ ਮਿਰਚ ਦਾ ਪਾਊਡਰ ਪਾਵਾਂਗੇ, ਭੁੰਨਿਆ ਪੀਸਿਆ ਜੀਰਾ ਪਾਊਡਰ ਆਪਾਂ ਬਿਲਕੁਲ ਥੋੜ੍ਹਾ ਜਿਹਾ ਪਾਵਾਂਗੇ ਅਤੇ ਭੁੰਨੇ ਹੋਏ ਜੀਰੇ ਨੂੰ ਹਲਕਾ ਜਿਹਾ ਦਰਦਰਾ ਕੁੱਟਿਆ ਹੈ ਉਹ ਵੀ ਆਪਾਂ ਇਹਦੇ ਵਿੱਚ ਪਾ ਦੇਵਾਂਗੇ। ਇਹਦਾ ਅਲੱਗ ਹੀ ਫਲੇਵਰ ਆਉਂਦਾ ਹੈ। ਨਾਲ ਹੀ ਆਪਾਂ ਇਹਦੇ 'ਚ ਬਿਲਕੁਲ ਥੋੜ੍ਹਾ ਪੀਸਿਆ ਹੋਇਆ ਸੁੱਕਾ ਧਨੀਆ ਪਾਵਾਂਗੇ। ਹਰੀ ਮਿਰਚ ਆਪਾਂ ਪਤਲੇ ਵਾਲੇ ਪਾਸੇ ਤੋਂ ਕੁੱਟ ਕੇ ਲਈ ਹੈ, ਇਹਦੇ ਬੀਜ ਬਿਲਕੁਲ ਨਹੀਂ ਪਾਏ, ਇਹਦੇ ਵਿੱਚ ਮੈਂ ਥੋੜ੍ਹੀ ਜਿਹੀ ਪਾ ਦਿੱਤੀ ਹੈ। ਇਹਦੇ ਨਾਲ ਫਲੇਵਰ ਇਸ ਰਾਇਤੇ ਵਿੱਚ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਅਤੇ ਬਿਲਕੁਲ ਥੋੜ੍ਹਾ ਜਿਹਾ ਪੁਦੀਨਾ ਵੀ ਆਪਾਂ ਇਹਦੇ ਵਿੱਚ ਕੁੱਟ ਕੇ ਪਾਵਾਂਗੇ, ਇਹ ਵੀ ਇਹਦੇ ਵਿੱਚ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। 1 ਚਮਚ ਪਾਵਾਂਗੇ ਬਰੀਕ ਕੱਟਿਆ ਹੋਇਆ ਹਰਾ ਧਨੀਆ। ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਹੁਣ ਸਾਰੀਆਂ ਚੀਜ਼ਾਂ ਮੈਂ ਚੰਗੀ ਤਰ੍ਹਾਂ ਦਹੀਂ ਵਿੱਚ ਮਿਕਸ ਕਰ ਲਈਆਂ ਹਨ। ਹੁਣ ਆਪਾਂ ਇਹਦੇ ਵਿੱਚ ਉਬਾਲ ਕੇ ਠੰਡੀਆਂ ਕੀਤੀਆਂ ਹੋਈਆਂ ਗਾਜਰਾਂ ਪਾਵਾਂਗੇ। ਇੱਥੇ ਮੈਂ 2 ਤੋਂ 3 ਚਮਚ ਗਾਜਰਾਂ ਉਬਾਲ ਕੇ ਪਾ ਦੇਵਾਂਗੀ। ਵੱਡੇ ਚਮਚ ਮੈਂ ਯੂਜ਼ ਕੀਤੇ ਹਨ। ਹੁਣ ਆਪਾਂ ਗਾਜਰਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ। ਗਾਜਰ ਦਾ ਰਾਇਤਾ ਕੀ ਇਹਦੇ ਰਾਇਤੇ ਵਾਂਗੂ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ, ਬਹੁਤ ਹੀ ਮਜ਼ੇਦਾਰ ਰਾਇਤਾ ਬਣ ਕੇ ਤਿਆਰ ਹੁੰਦਾ ਹੈ। ਇਸ ਰਾਇਤੇ ਨੂੰ ਮੈਂ ਸਰਦੀਆਂ ਵਿੱਚ ਜ਼ਰੂਰ ਬਣਾਉਂਦੀ ਹਾਂ, ਉਦੋਂ ਲਾਲ ਵਾਲੀਆਂ ਗਾਜਰਾਂ ਬਹੁਤ ਜ਼ਿਆਦਾ ਹੁੰਦੀਆਂ ਹਨ ਅਤੇ ਜਦੋਂ ਲਾਲ ਗਾਜਰਾਂ ਆਉਣਗੀਆਂ ਸਰਦੀਆਂ ਵਾਲੀਆਂ ਉਦੋਂ ਮੈਂ ਤੁਹਾਡੇ ਨਾਲ ਇਹ ਵਾਲੀ ਰੈਸਪੀ ਜ਼ਰੂਰ ਸ਼ੇਅਰ ਕਰਾਂਗੀ। ਰਾਇਤਾ ਸਾਡਾ ਬਹੁਤ ਵਧੀਆ ਠੰਡਾ ਠੰਡਾ ਬਣ ਕੇ ਤਿਆਰ ਹੋਇਆ ਹੈ। ਇਹਨੂੰ ਆਪਾਂ ਸਰਵਿੰਗ ਬਾਲ ਵਿੱਚ ਸਰਵ ਕਰ ਲਵਾਂਗੇ। ਗਾਜਰਾਂ ਦਾ ਠੰਡਾ ਠੰਡਾ ਰਾਇਤਾ ਬਣ ਕੇ ਬਿਲਕੁਲ ਤਿਆਰ ਹੈ, ਬਹੁਤ ਹੀ ਅੱਛਾ ਰਾਇਤਾ ਬਣਿਆ ਹੈ। ਹਲਕਾ ਜਿਹਾ ਡੈਕੋਰੇਟ ਇਹਨੂੰ ਵੀ ਕਰਾਂਗੇ ਆਪਾਂ। ਉਬਾਲੀ ਹੋਈ ਗਾਜਰ ਦੇ ਮੈਂ ਹਲਕੇ ਜਿਹੇ ਲੱਛੇ ਰੱਖੇ, ਨਾਲ ਹੀ ਮੈਂ ਜੀਰਾ ਸਪ੍ਰਿੰਕਲ ਕੀਤਾ ਹੈ, ਨਾਲ ਹੀ ਹਰਾ ਧਨੀਆ। ਸਾਡਾ ਰਾਇਤਾ ਗਾਜਰ ਦਾ ਬਣ ਕੇ ਬਿਲਕੁਲ ਤਿਆਰ ਹੈ, ਬਹੁਤ ਜ਼ਰਾ ਟੇਸਟੀ ਬਹੁਤ ਡਿਲੀਸ਼ੀਅਸ ਰਾਇਤਾ ਬਣ ਕੇ ਤਿਆਰ ਹੋਇਆ ਹੈ। ਅੱਜ ਮੈਂ ਤੁਹਾਡੇ ਨਾਲ ਗਰਮੀਆਂ ਦੇ 4 ਰਾਇਤਾ ਦੀ ਰੈਸਪੀਸ ਸ਼ੇਅਰ ਕੀਤੀਆਂ ਹਨ। ਤੁਹਾਨੂੰ ਇਹਨਾਂ ਵਿੱਚੋਂ ਕਿਹੜੀ ਰਾਇਤੇ ਦੀ ਰੈਸਪੀ ਜ਼ਰਾ ਪਸੰਦ ਆਈ ਹੈ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਅਤੇ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਤਾਂ ਫਿਰ ਮਿਲਦੇ ਹਾਂ ਕਿਸੇ ਇਸ ਤਰ੍ਹਾਂ ਦੀ ਹੋਰ ਟੇਸਟੀ ਅਤੇ ਡਿਲੀਸ਼ੀਅਸ ਰੈਸਪੀ ਦੇ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।